वीरो जिहड़े खेत दे विच पिछले दिनी बकरियां चराइयां जा रहियां सी अज सैकड़ियां चल रहियां ने। की हाल है वीरे? ठीक ठाक जी, वधिया। बई आ मतलब की सिस्टम है इहनू स्प्रे करके क्यों नहीं नबेड़दे काम नू? ना वीर जी, ये ना अपने ऑरगैनिक ही यह करया होयागा। आपां 7 साल तो एक ये एकड़ दे विच अपने कोई स्प्रे नहीं करनी हैगी। ये हुण कख होए हुए ने, वह कख फिर वह सीलना जरूरी है आपां नूं, ये बाहण। बिल्कुल हाँ, ते इधर ये ऑरगैनिक हैगी, ये इनऑरगैनिक हैगी। जी ਇਹਦੇ ਵਿੱਚ ਆਪਾਂ ਨਾਲ ਵਾਲੇ ਖੇਤ ਦੇ ਵਿੱਚ ਜਿਵੇਂ ਆਪਾਂ ਨੂੰ ਕਮੈਂਟ ਆਏ ਸੀਗੇ ਵੀ ਆਪਦੇ ਬੱਚਿਆਂ ਵਾਸਤੇ, ਆਪਦੇ ਪਰਿਵਾਰ ਵਾਸਤੇ ਔਰਗੈਨਿਕ, ਦੂਸਰਿਆਂ ਵਾਸਤੇ ਜ਼ਹਿਰ ਵਾਲੇ, ਜ਼ਹਿਰਾਂ। ਵੀਰ ਜੀ, ਤੁਸੀਂ ਐਂ ਦੇਖੋ, ਔਰਗੈਨਿਕ ਕਰਨੀ ਸੌਖੀ ਨਹੀਂ ਹੈਗੀ। ਬਿਲਕੁਲ ਹਰੇਕ ਨੂੰ ਪੈਸੇ ਦੀ ਦੌੜ ਦੇ ਵਿੱਚ ਹਰੇਕ ਲੱਗਿਆ ਹੋਇਆ ਹੈਗਾ, ਚਾਹੇ ਕੋਈ ਬੱਚਾ, ਚਾਹੇ ਕੋਈ ਬਜ਼ੁਰਗ ਆ, ਚਾਹੇ ਕੋਈ ਗਰੀਬ ਆ, ਚਾਹੇ ਕੋਈ ਅਮੀਰ ਹੈਗਾ। ਇੱਧਰ ਸਾਡੇ ਨਾਲ ਹੀ ਖੇਤ ਦੇ ਵਿੱਚ ਅਸੀਂ 3 ਫਸਲਾਂ ਲੈ ਰਹੇ ਹਾਂਗੇ, ਕਣਕ, ਮੱਕੀ, ਝੋਨਾ। ਠੀਕ ਹੈ। ਇਹਦੇ ਵਿੱਚ 1.25 ਬੋਰੀ DAP ਦੀ ਤੇ 3 ਗੱਟੇ ਯੂਰੀਏ ਦੇ। ਇਦੂ ਬਾਅਦ ਮੱਕੀ ਦੇ ਵਿੱਚ 1.5 ਗੱਟਾ DAP ਦਾ ਤੇ ਇਦੂ ਬਾਅਦ 4-5 ਗੱਟੇ ਯੂਰੀਏ ਦੇ ਪਾਣੀ ਪੈਣਾ ਪੈਣੀ ਪੈਣੇ ਨੇ। ਇਦੂ ਬਾਅਦ ਫਿਰ ਜੀਰੀ ਆ ਗਈ, ਉਹ ਆ ਗਈ 126 ਲਾਉਣੇ ਆਗੇ। ਉਹਦੇ ਵਿੱਚ ਐਤਕੀ, ਮਤਲਬ ਕਿ ਐਤਕੀ 85 ਹੋ ਗਈ ਸੀ, ਉਹਦੇ ਵਿੱਚ 5 ਗੱਟੇ ਯੂਰੀਏ ਦੇ ਪਏ ਨੇ। ਬਾਕੀ ਜਿਹੜੀਆਂ ਸਪਰੇਹਾਂ ਨੇ, ਕੋਈ ਫੰਗੀਸਾਈਡ ਰਹੇ, ਸੁੰਡੀ ਵਾਲੀਆਂ, ਉਹ ਅਲੱਗ ਉਹ ਅਲੱਗ ਨੇ ਉਹ ਅਲੱਗ ਨੇ ਜਿਵੇਂ ਪਦਾਨ ਪਈ ਹੈਗੀ, ਸੁੰਡੀ ਤੋਂ ਪਦਾਨ ਪਈ ਹੈਗੀ, ਜਦੋਂ ਗੋਹ ਆਪਣੀ ਪੱਤਾ ਲਵੇੜ ਪੈਂਦੀ ਹੈਗੀ, ਜੀ ਉਹ ਸਪਰੇਆਂ ਹੁੰਦੀਆਂ ਨੇ। ਆਪਾਂ ਕਹਿ ਦਿੰਦੇ ਹਾਂ ਕਿ ਵੀ ਹਾਂ ਬਾਈ, ਦੂਜਿਆਂ ਵਾਸਤੇ ਜ਼ਹਿਰ ਆ, ਪਰ ਸਾਨੂੰ ਕੋਈ ਮੁੱਲ ਦੇਵੇ, ਕੋਈ ਵੀ ਹੈਗਾ, ਆਪਾਂ ਅਸੀਂ ਤਾਂ ਵੇਚਣੀ ਨਹੀਂ ਹੈਗੀ, ਇਹ ਗੱਲ ਤਾਂ ਆਪਾਂ ਕਰਨੀ ਨਹੀਂ ਹੈਗੀ। ਇਸ ਤਾਪ ਦੇ ਵਾਸਤੇ ਅਸੀਂ ਤਾਂ ਇਹ ਸੰਦੇਸ਼, ਇੱਕ ਮੈਸੇਜ ਦੇਣਾ ਚਾਹੁੰਦੇ ਹਾਂਗੇ, ਵੀ ਸਰਕਾਰ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂਗੇ ਵੀ ਤੁਸੀਂ ਔਰਗੈਨਿਕ ਨੂੰ ਤੁਸੀਂ ਇੱਕ ਪਹਿਲ ਦਿਓ। ਨਹੀਂ ਜੇ ਔਰਗੈਨਿਕ ਕਰਨੀ ਆ ਫਿਰ ਕੀ ਹੋਣਾ ਚਾਹੀਦਾ? ਇੱਕ ਤਾਂ ਔਰਗੈਨਿਕ ਦੇ ਵਿੱਚ ਤੁਸੀਂ ਦੱਸਿਆ ਉਹਦੇ ਝਾੜ ਅੱਧਾ ਹੀ ਰਹਿ ਜਾਂਦਾ। ਔਰਗੈਨਿਕ ਦੇ ਵਿੱਚ ਤਾਂ ਬਈ ਝਾੜ ਅੱਧਾ ਰਹੂਗਾ ਹੀ ਰਹੂਗਾ। ਤੇ ਖਰਚੇ ਵੱਧਦੇ ਨੇ ਕਿ ਘਟਦੇ ਨੇ ਕਿ ਬਰਾਬਰ ਜੀ ਆ ਜਾਂਦੇ? ਖਰਚੇ ਬਈ ਵੱਧਦੇ ਨੇ, ਜਿਵੇਂ ਹੁਣ ਆਪਣੇ ਲੇਬਰ ਸੱਦੀ ਹੈਗੀ, ਦਿਹਾੜੀਆ ਕੋਈ ਆਉਂਦਾ ਨਹੀਂ, ਠੇਕੇ ਤੇ ਕੰਮ ਹੋ ਗਿਆ, ਠੇਕਾਦਾਰੀ ਸਿਸਟਮ ਹੋ ਗਿਆ। ਇਹ ਵੀਰ ਆਏ ਨੇ ਆਪਣੇ ਮਜ਼ਦੂਰ ਭਰਾ, ਇਹ 1 ਵਜੇ ਆਏ ਨੇ, ਇਹਨਾਂ ਨਾਲ 2000 ਰੁਪਇਆ ਆਪਣੇ ਪਰ ਏਕੜ ਕਰਿਆਗਾ, ਇਹਨਾਂ ਨੇ ਸੀਲ ਕੇ ਜਾਣਾ, ਹੱਥ ਨੂੰ ਇਹ ਸੀਲ ਕੇ ਵਗ ਜਾਣਗੇ। ਉਹ ਜਦੋਂ ਮਰਜ਼ੀ ਸੀਲ, ਮਤਲਬ 2000 ਰੁਪਏ ਉੱਕਾ ਪੁੱਕਾ ਹੀ ਕਰ ਲਿਆ, ਉੱਕਾ ਪੁੱਕਾ ਕਰਿਆ ਹੋਇਆਗਾ। ਜਿਵੇਂ ਹੁਣ ਝਾੜ ਅੱਧਾ ਰਹਿ ਗਿਆ, ਫਿਰ ਤਾਂ ਰੇਟ ਡਬਲ ਨੋ ਵੀ ਜ਼ਿਆਦਾ ਹੋਣਾ ਚਾਹੀਦਾ। ਹਾਂ, ਡਬਲ ਨੋ ਵੀ ਜ਼ਿਆਦਾ ਹੋਣਾ ਚਾਹੀਦਾ। ਫਿਰ ਕਿਤੇ ਜਾ ਕੇ ਜੇ ਔਰਗੈਨਿਕ ਨੂੰ ਕਰਾ ਸਕਦਾ ਕੋਈ ਤਾਂ ਮੈਨੂੰ ਲੱਗਦਾ ਸਰਕਾਰ ਹੀ ਹੈ। ਸਰਕਾਰ ਕਰਾ ਸਕਦੀ ਹੈਗੀ, ਸਰਕਾਰ ਪਹਿਲ ਕਰੇ, ਪਹਿਲ ਦੇ ਆਧਾਰ ਤੇ ਕਿਸਾਨਾਂ ਨੂੰ ਜਾਗਰੂਕ ਕਰੇ, ਤੇ ਆਪਾਂ ਫਿਰ ਬਿਮਾਰੀਆਂ ਤੋਂ ਖਹਿੜਾ ਫੇਰੀ ਸੁੱਟੂਗਾ। ਨਹੀਂ, ਹਰ ਇੱਕ ਘਰ ਦੇ ਵਿੱਚ 4-4 ਮਰੀਜ਼ ਨੇ ਜਿਹੜੇ ਗੋਲੀਆਂ ਤੇ ਲੱਗੇ ਹੋਏ ਨੇ ਜੀ। ਸੋ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਧੰਨਵਾਦ।